ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸ਼੍ਰੀ ਨਰਿੰਦਰ ਕੁਮਾਰ ਪ੍ਰਭਾਕਰ ਜੀ। ਸ਼੍ਰੀ ਨਰਿੰਦਰ ਕੁਮਾਰ ਪ੍ਰਭਾਕਰ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ, ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸ਼੍ਰੀ ਨਰਿੰਦਰ ਕੁਮਾਰ ਪ੍ਰਭਾਕਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਲੁਧਿਆਣਾ ਵਿਖੇ ਪਾਏ ਗਏ। ਸ਼੍ਰੀ ਨਰਿੰਦਰ ਕੁਮਾਰ ਪ੍ਰਭਾਕਰ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸੁਮਨ ਪਰਿਭਾਕਰ ਪਤਨੀ, ਸ਼ਿਵ ਕੁਮਾਰ ਪਰਿਭਾਕਰ ਭਰਾ, ਅਜੇ ਕੁਮਾਰ ਪਰਿਭਾਕਰ ਸਪੁੱਤਰ, ਵਿਜੇ ਕੁਮਾਰ ਪਰਿਭਾਕਰ ਸਪੁੱਤਰ, ਅਨਿਲ ਕੁਮਾਰ ਪਰਿਭਾਕਰ ਸਪੁੱਤਰ ਅਤੇ ਸਮੂਹ ਪਰਿਵਾਰ ਨੂੰ ਸਦਮੀ ਵਿੱਚ ਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਗੁਰੂ ਮਹਾਰਾਜ ਕਹਿੰਦੇ ਹੈ, ਕਹੋ ਭਰਤ ਭਾਵੀ ਪ੍ਰਬਲ, ਵਿਲਖ ਕਹੇ ਮੁਨੀ ਨਾਥ, ਹਾਨੀ ਲਾਭ ਜੀਵਨ ਮਰਨ, ਜਸ਼ ਉਪਜਕਸ਼ ਵਿਧੀ ਹਾਥ। ਯੇ ਤੋ ਭਗਵਾਨ ਕੇ ਹੱਥ ਮੇਂ ਹੈ, ਅੱਛੇ ਕਰਮ ਕਰੋ ਜਾਂ ਬੁਰੇ ਕਰਮ ਕਰੋ, ਵਹੀ ਪ੍ਰਾਣੀ ਕੇ ਸੰਗ ਜਾਤੇ ਹੈ। ਬਲਬੀਰ ਸ਼ਰਮਾ ਜੀ ਪ੍ਰਧਾਨ, ਰਾਜ ਕੁਮਾਰ ਗੋਇਲ ਜਨਰਲ ਸੈਕਟਰ, ਹਰੀਸ਼ ਕੁਮਾਰ ਗੋਇਲ, ਮੁਨੀਸ਼ ਗੋਇਲ ਜੀ, ਇਹਨਾਂ ਨੇ ਵੀ ਆਪਣਾ ਸ਼ੋਕ ਪ੍ਰਸਤਾਵ ਭੇਜਿਆ ਹੈ ਔਰ ਪ੍ਰਭਾਕਰ ਪਰਿਵਾਰ ਤਹਿ ਦਿਲ ਸੇ ਸ਼ੁਕਰੀਆ ਅਦਾ ਕਰਦਾ ਹੈ ਜੋ ਆਪਨੇ ਇਨਕੀ ਦੁੱਖ ਕੀ ਘੜੀ ਮੇਂ ਆਕਰ ਦੁੱਖ ਬਟ ਜਾਤਾ ਹੈ। ਸ਼ਾਸਤਰ ਕਹਿੰਦੇ ਹੈ, ਕਿਸੀ ਕੀ ਦੁੱਖ ਮੇਂ ਘੜੀ ਮੇਂ ਜਾਓ ਦੁੱਖ ਬਟ ਜਾਤਾ ਹੈ, ਕਿਸੀ ਕੇ ਸੁੱਖ ਮੇਂ ਜਾਓ ਤੋ ਸੁੱਖ ਚਾਰ ਗੁਣਾ ਬਟ ਜਾਤਾ ਹੈ। ਮੈਂ ਚੰਦ ਲੈਨੇ ਬੋਲ ਕਰ ਆਪਣੀ ਬਾਣੀ ਕੋ ਵਿਸ਼ਰਾਮ ਕਰੂੰਗਾ, ਉਸਕੇ ਬਾਅਦ ਭਗਵਾਨ ਕੀ ਗਰੁੜ ਪ੍ਰਾਣ ਕੀ ਸਮਾਪਤੀ ਹੋਗੀ, ਉਸਕੇ ਬਾਅਦ ਆਰਤੀ ਕੀ ਜਾਏਗੀ, ਰਸਮ ਪਗੜੀ ਕੀ ਜਾਏਗੀ, ਖੇਲ ਖਤਮ ਹੋ ਜਾਏਗਾ, ਰੋਏਗੇ ਥੋੜ੍ਹੇ ਦਿਨ, ਭੁੱਲੇਗੇ ਬਾਅਦ, ਜ਼ਿਆਦਾ ਸੇ ਜ਼ਿਆਦਾ ਕਰਵਾ ਦੇਂਗੇ ਤੇਰਾ ਸ਼ਰਾਧ, ਖੇਲ ਖਤਮ ਹੋ ਜਾਂਦਾ ਹੈ। ਇਹ ਬਾਤ ਬੜੀ ਗੌਰ ਸੇ ਸੁਣਨੇ ਵਾਲੀ ਹੈ। ਪਿਤਾ ਔਰ ਬੇਟੇ ਕਾ ਰਿਸ਼ਤਾ ਕੁਛ ਲਕਸ਼ਮੀ ਨਾਰਾਇਣ 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 ਲਕਸ਼ਮੀ।
ਹਰਿ ਓਮ ਜੈ ਜਗਦੀਸ਼ ਹਰਿ ਜੋ ਭਾਵੇ ਬਲ ਪਾਵੇ ਦੁਖ ਬਿਨ ਸੇ ਮਨਿਤਾ ਸੁਆਮੀ ਦੁਖ ਬਿਨ ਸੇ ਮਨਿਤਾ ਸੁਖ ਸੰਪਤਿ ਹਰਿ ਆਵੇ ਸ਼ਾਮ ਸੁੰਦਰ ਹਰਿ ਆਵੇ ਆਸ਼ਰ ਮਿਤੇ ਹਰਿ ਓਮ ਜੈ ਜਗਦੀਸ਼ ਹਰਿ ਮਾਤ ਪਿਤਾ ਤੁਮ ਮੇਰੇ ਸ਼ਰਨ ਕਰੂੰ ਮੈਂ ਕਿਸ ਦੀ ਸੁਆਮੀ ਸ਼ਰਨ ਕਰੂੰ ਮੈਂ ਕਿਸ ਦੀ ਤੁਮ ਬਿਨ ਔਰ ਨ ਦੂਜਾ ਪ੍ਰਭੂ ਬਿਨ ਔਰ ਨ ਦੂਜਾ ਆਸ ਕਰੂੰ ਮੈਂ ਕਿਸ ਦੀ ਹਰਿ ਓਮ ਜੈ ਯਤੋ ਯਤਾ ਸਮੀਹਸੇ ਤਤੋ ਨੋ ਅਭਯੰ ਕੁਰੁ।
ਸ਼ਰਨਾਂ ਗੁਰੂ ਪਦਾਭਿਓ ਅਭਯੰ ਵਸੁਭਿਆ। ਓਮ ਸ਼ਾਂਤੀ 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 ਸੁਸ਼ਾਂਤਿਰਭਵਤੁ। ਮੰਗਲਾਇ ਸਨੋਰਿਤ ਦੇਵ ਲਗਨਮ ਚੜਾ ਤਦੇਵ ਲਗਨਮ ਸੂਰਿਯਮ ਤਦੇਵ ਤਾਰਾ ਬਲਮ ਚੰਦਰ ਬਲਮ ਤਦੇ ਵਿਦਿਆ ਬਲਮ ਦੇ ਬਲਮ ਤਦੇ ਲਕਸ਼ਮੀ ਪਤੇ ਉਤਰੀ ਸੁਮਰਾਨ ਪਉ ਸਮਾਨ ਚੋੜੀ ਪਉ। ਪਿਤਾ ਕਹੇ ਮੇਰਾ ਪੂਤ ਸਪੂਤ ਹੈ ਤੁਰੀ ਜਗ ਖਿਲਾਇਆ। ਨਾਰ ਕਹੇ ਮੇਰਾ ਪਤੀ ਸਾਂਵਲਾ ਮੈਲਾ ਵਾਂ ਲੈ ਪਰਨਾਇਆ। ਜੋ ਲਿਖਿਆ ਸੋ ਮੈਂ ਪਾਇਆ, ਜੋ ਲਿਖਾ ਗਿਆ ਉਹ ਸੱਤ ਹੈ, ਜਿਸਮੇ ਕੋਈ ਸੰਚੇ ਨਹੀਂ। ਯਹ ਸਰੀਰ ਨਾਸ਼ਵਾਨ ਹੈ, ਸਭ ਜਾਣਤੇ ਹੈ। ਗਰੁੜ ਪੁਰਾਣ ਮੇਂ ਵੀ ਲਿਖਾ ਹੋਇਆ ਹੈ, ਗਾਉਂ ਚਲਾ ਜਾਏਗਾ, ਧਨ ਚਲਾ ਜਾਏਗਾ, ਜ਼ਮੀਨ ਜਾਇਦਾਦ ਚਲਾ ਜਾਏਗਾ, ਵਾਪਸ ਆ ਜਾਏਗਾ, ਲੇਕਿਨ ਇੱਕ ਵਾਰ ਸਰੀਰ ਚਲਾ ਗਿਆ ਵਾਪਸ ਕਦੇ ਨਹੀਂ ਆਉਂਦਾ। ਦ੍ਰਿਸ਼ ਦੇਖਾ ਜੋ ਮੈਨੇ ਭਗਵਾਨ ਰਾਮ ਔਰ ਭਰਤ ਸਮੇਂ। ਹਾਏ ਮੇਰਾ ਰਾਮ, ਹਾਏ ਮੇਰਾ ਰਾਮ ਕਹਿਤੇ ਸੰਸਾਰ ਕੋ ਛੋੜ ਕਰ ਚਲੇ ਗਏ, ਕਿਉਂਕਿ ਭਗਵਾਨ ਮਰਿਆਦਾ ਸਤਰੁਗਨ ਜੀ ਸਾਥ ਆਏ। ਉਹਨਾਂ ਨੇ ਆਖਿਆ ਪਿਤਾ ਜੀ ਕੋ ਨਹਿਲਾਇਆ ਦਿਲਾਇਆ, ਪਿਤਾ ਜੀ ਕਾ ਸੰਸਕਾਰ ਕੀਆ, ਸੰਸਕਾਰ ਕੀਆ, ਅਸਥੀਆਂ ਵਿਸਰਜਨ ਕਰ ਕਰਾਏ। ਕੱਲ ਕਿਤਨਾ ਮਹਾਤਮ ਕਾ ਮਾਨ, ਮਹਾਤਮ ਕਾ ਪਹਿਲਾ ਦਿਨ ਥਾ। ਜਬ ਪਿਤਾ ਜੀ ਕੀ ਮ੍ਰਿਤਯੂ ਹੋਈ ਤੋ ਅਮਾਵਸ ਕੀ ਰਾਤ ਥੀ। ਜਬ ਪਿਤਾ ਜੀ ਕੀ ਅਸਥੀਓ ਕਾ ਸੰਚਨ ਹੁਆ ਤੋ ਕਹਿਤੇ ਮਾਂ ਕਾ ਮਾਤਮ, ਕਲ ਸੇ ਕੁੰਭ ਕਾ ਮੇਲਾ ਆਰੰਭ ਹੋਗਾ ਪ੍ਰਯਾਗਰਾਜ ਮੇਂ। ਗੰਗਾ ਜੀ ਵੀ ਉਸੀ ਮੇਂ ਜਾ ਕਰ ਪ੍ਰਵੇਸ਼ ਹੋਤੀ ਹੈ। ਗੰਗਾ ਜਮਣਾ ਸਰਸਵਤੀ, ਕਈ ਲੋਕ ਕਹਿਤੇ ਸਰਸਵਤੀ ਕਿਆ ਹੈ, ਸਰਸਵਤੀ ਮਾਤਾ ਜਿਸਕਾ ਹਮ ਲੋਕ ਪਾਣੀ ਪੀਤੇ ਹੈ, ਉਹ ਸਰਸਵਤੀ ਹੈ, ਗੁਪਤ ਹੈ। ਹਮ ਤੋ ਪਿਤਾ ਜੀ ਕੀ ਅਸਥੀਆਂ ਭਗਵਾਨ ਕੇ ਪਾਸ ਲੈ ਜਾਏਂਗੇ। ਤੋ ਕਹਿਤੇ ਹੈ ਭਰਤ ਜੀ ਨੇ ਪਿਤਾ ਜੀ ਕੀ ਅਸਥੀਆਂ ਆਪਣੇ ਕੰਠ ਕੇ ਸਾਥ ਲਗਾ ਲਈ, ਲਗਾਣੀ ਦਿਖਾਈ, ਜਿਸ ਪਿਤਾ ਨੇ ਆਪਣੇ ਪੁੱਤਰ ਕੋ ਆਪਣੀ ਪੀਠ। ਤੋ ਭਗਵਾਨ ਰਾਮ ਲਕਸ਼ਮਣ ਔਰ ਸੀਤਾ ਮਈਆ ਚਿਤਰਕੂਟ ਕਾਮਦਾ ਪਰਬਤ ਪਰ ਬੈਠੇ ਥੇ ਉਸ ਸਮੇਂ। ਤੋ ਭਗਵਾਨ ਰਾਮ ਜੀ ਬਹੁਤ ਖਿਆਲਾਤ ਆ ਰਹੇ ਹੈ, ਮੁਝੇ ਐਸੇ ਲੱਗਦਾ ਹੈ ਜੈਸੇ ਹਮਾਰਾ ਸਭ ਕੁਛ ਉਜੜ ਗਿਆ। ਲਕਸ਼ਮਣ ਮੁਝੇ ਨੀਂਦ ਨਹੀਂ ਆਤੀ, ਮੁਝੇ ਚੈਨ ਨਹੀਂ ਆਤੀ, ਪਰ ਭਰਤ ਜੀ ਆਪਕੇ ਪਾਸ। ਕਹਿੰਦੇ ਹੈ ਜਬ ਭਗਵਾਨ ਨੇ ਭਰਤ ਕੋ ਦੇਖਾ ਤੋ ਭਗਵਾਨ ਨੇ ਅਭੀ ਭਰਤ ਸੇ ਪੁੱਛਾ ਨਹੀਂ ਹੈ ਕਿ ਤੂੰ ਕਿਉਂ ਆਇਆ ਹੈ, ਤੇਰੇ ਪਾਸ ਕੋਈ ਕਾਮ ਨਹੀਂ ਹੈ, ਕੁਛ ਨਹੀਂ। ਜੈਸੇ ਹੀ ਭਗਵਾਨ ਨੇ ਰਾਮ ਨੇ ਭਰਤ ਕੋ ਦੇਖਾ ਤੋ ਭਗਵਾਨ ਕੀ ਆਂਖੋਂ ਮੇਂ ਆਂਸੂ ਟਪਕ ਤੇ ਰਹੇ। ਭਰਤ ਕਹਿੰਦਾ ਹੈ ਆਜ ਮੇਰੇ ਪਿਤਾ ਗੁਰੂ
गुरु महाराज आज हमें एक मन में एक बात बता दो, हमारा पुत्र होते हुए भी कोई भी अंतिम समय पिता के पास नहीं था। भरत जी ने भी सवाल पूछा तो गुरु महाराज कहते हैं, कहो भरत भावी प्रबल विलक कहे मुनिनाथ, हानि लाभ जीवन मरण जश उपजक्ष विधि हाथ। ये तो भगवान के हाथ में है, अच्छे कर्म करो या बुरे कर्म करो वही प्राणी के संग जाते हैं। कर्मदा संसार बनया कर्मदा संसार कर्मदा संसार बनया कर्मदा संसार बनया कर्मदा। मात ककई आया रामचंद्र जी बन बिजवाया, बनया 14 साल बनया कर्मदा बनया 14 साल बनया कर्मदा 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 संसार बनया कर्मदा। कर्म किए सब अगे आंदे कर्म किए सब अगे आंदे बनया कर्मदा। सच्चा पाशा केड़े कर्मां दा काम दास तुम्हारा मौत तक ये महाराज आज का दिन हैगा की पता कल आने के न्याने। सच्चा पाशा दो पैर रंगे ने की पता दो पैर आने के न्याने। मौत तक तो नहीं बड़ी दूर आ दोनों दिन गुरु महाराज पांव से रख के कहने के सच्चा पाशा कुछ दास इंसान तो मौत की नहीं दूर है। गुरु महाराज कहते श्वास श्वास में राम सिमर वृथा फिर हावन हो के न हो। कबीरा गुर परताप सो ये तो जान पड़े क्या भरोसा इस श्वास का आगे मोह जन शिशुपाल कुमकार निशावनी हो सहजो के कंगाल हो जो लाख करो। स्वर्गीय नरेंद्र कुमार जी प्रभाकर इस परिवार के साथ इतना ही सबंध था, वो अपने श्वास भोग कर अंत में भगवान के जन्म में लीन हो गए। आज उनकी आत्मा की शांति के लिए देखो आज श्रद्धांजलि पत्र भी आए हैं। सीनियर सिटीजन वेलफेयर सोसाइटी बलबीर शर्मा जी प्रधान, राजकुमार गोयल जनरल सेक्रेटरी, हरीश कुमार गोयल, मुनीश गोयल जी इन्होंने भी अपना शोक प्रस्ताव भेजा है और प्रभाकर परिवार इन का तहे दिल से शुक्रिया अदा करता है जो आपने इनकी दुख की घड़ी में आकर दुख बट जाता है। शास्त्र कहते हैं किसी की दुख में घड़ी में जाओ दुख बट जाता है, किसी के सुख में जाओ तो सुख 4 गुना बढ़ जाता है। मैं चंद लाइनें बोलकर अपने वाणी को विश्राम करूंगा, उसके बाद
भगवान की गरुड़ प्राण की समाप्ति होगी, उसके बाद आरती की जाएगी, रसम पगड़ी की जाएगी, खेल खत्म हो जाएगा, रोएंगे थोड़े दिन, भूलेंगे, बाद ज्यादा से ज्यादा करवा देंगे, तेरा श्राद्ध खेल खत्म हो जाता है। ये बात बड़ी गौर से सुनने वाली है। पिता और बेटे का रिश्ता कुछ ऐसे, पिता अपने दिल से प्यार करता है, कभी पिता सुना है अपने बेटे को कहता है आई लव यू, अपने बेटे को बेटा तुम बड़ो खुलो, पिता रोटी है, कपड़ा है, मकान है, पिता रोटी है, कपड़ा है, मकान है, या तो बच्चा पता क्या कहता है आज के, कहना प्यो प्यो होते ना, चाचे चाचे होते, मुझे आज तक वो बात याद आती, चाचा भी पिता के समान होते, ये बात नहीं है, उसके कहने का मतलब था कि पिता तो मुझे ले जाता, चाचा अभी पींग डालता है। मैं उस वचन कौन से किस वाक्य में बोला, ऐसी उनको मादत आई है, इनके दुख में शरीक होने के लिए दुख से इन बड़े तय दिल से ये दिवंगत आत्मा को अपने चरणों में निवास देना, और जो पीछे परिवार वालों को दुख का वियोग हुआ, दुख सहन करने की शक्ति प्रदान करना। अब मैं गरुड़ प्राण को भी आगे आ जाए, सबने मिलकर भगवान का लक्ष्मी नारायण 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 लक्ष्मी, बोलो श्री विष्णु भगवान, बोली गरुड़ भगवान जी ने बता दिया। 16 अध्याय में मैंने जो कुछ भी सुख दुख आपको बता दिया, इस तरह मैंने देह क्रिया कर्म आपको बता दी, जिसके भीतर सुन लेना, जहां कर्म प्रदान होता है, जो नर हम नास्तिक इस प्राण करता है, गई हुई आत्मा को रास्ता दिखाते हैं, सारे दान बताए, गरुड़ जी हाथ जोड़कर खड़े हो गए, कहने लगे बीवी के लिए दूध नहीं होगा, गौ का दान कैसे करेगा, तो भगवान कहते हैं जो सच्चे मन से अपने हाथों में जल फूल लेकर मेरे अर्पित करेंगे, मैं उसमें भी अंगी हो जाऊंगा, हरा भरा कर दूंगा, लेकिन सच्चे मन से विष्णु भगवान की पूजा करनी चाहिए, गरुड़ प्राण की पूजा करनी, यही एक मोक्ष का द्वार और मुक्ति का द्वार। सर्वे संतु निरामया सर्वे भद्राणि पचन्ते मा कजे सुखवाक्तम ओम सुख शांति नमो नमः। हे विष्णु भगवान, गई दिवंगत आत्मा को अपने चरणों में निवास देना, सुख देना, शांति देना, 3 बार गायत्री मंत्र का आचरण, उसके बाद भगवान की सुंदर पावन आरती, प्रभाकर परिवार की ओर से निवेदन है, जिन्होंने भोजन नहीं किया आरती के बाद भोजन भी करना, जिन्होंने चाय नहीं पी चाय भी पीकर जाना है, और प्रभाकर परिवार आपका बड़े तहे दिल से आपका शुक्रिया अदा करता है, 3 बार गायत्री मंत्र का उच्चारण कीजिए,
ॐ भूर्भुवस्सवः तस्सवितुः हरि हरि स्वामी।
ਵਾਚਿਤ ਪਰਜੈ ਪਾਵੇ ਹਰਿ ਓਮ ਜੈ ਜਗਦੀਸ਼ ਹਰਿ ਓਮ ਜੈ ਜਗਦੀਸ਼ ਹਰਿ ਸਾਈ ਜੈ ਦੀਨਨਾਥ ਹਰਿ ਭਗਤ ਕਰੋ ਕੇ ਸੰਗਤ ਦਾਸ ਜਨੋ ਕੇ ਅਵਗੁਣ ਹਰਾਵਣ ਦੂਰ ਕਰਿ ਹਰਿ ਓਮ ਜੈ ਜਗਦੀਸ਼ ਹਰਿ ਓਮ ਯੋ ਹੇ ਪ੍ਰਕਾਵੇ ਸ਼ਾਂਤਿ ਰਾਵਾ ਸ਼ਾਂਤਿ ਰੋਕਾਯ ਸ਼ਾਂਤਿ ਵਨਸਪਤਯ ਸ਼ਾਂਤਿ ਵਿਸ਼ਵੇ ਦੇਵਾ ਸ਼ਾਂਤਿ ਬ੍ਰਹਮ ਸ਼ਾਂਤਿ ਸਰਵਗੁਣ ਸ਼ਾਂਤਿ ਸ਼ਾਂਤਿ ਰੇਵ ਸਾਮਾ ਸ਼ਾਂਤਿ ਰੇ ਯਦੋ ਯਦ ਸਮੇ ਹਸੇ ਦੋ ਨੋ ਅਭਯੰ ਗੁਰੂ ਸ਼ੰਨਾ ਗੁਰੂ ਪਦਾਭਿਓ ਅਭਯੰ ਪਸ਼ੁਭ੍ਯਾ ਓਂ ਸ਼ਾਂਤਿ 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 ਸੁਸ਼ਾਂਤਿਰ੍ਭਵਤੁ ਮੰਗਲਾਯ ਸਨੋਰਿਤ ਦੇਵ ਲਗਨੰ ਚੜਾ ਤਦੇਵ ਲਗਨੰ ਸੂਰਯੰ ਤਦੇਵ ਤਾਰਾਬਲੰ ਚੰਦਰਬਲੰ ਤਦੇ ਵਿਦਿਆਬਲੰ ਦੇਵਬਲੰ ਤਦੇਵ ਲਕਸ਼ਮੀ ਪਤੇ ਉਤਰੀ ਸੁਮਰਾਨ ਪਉ ਸਮਾਨ ਚੋਲੀ ਪਉ ਠੀਕ ਹੈ ਜੀ ਠੀਕ ਹੈ ਜੀ।